ਵੈਲਕਮ ਟੂ ਮਾਈ ਯੂਟਿਊਬ ਚੈਨਲ। ਸਾਡੇ ਬੈੱਲ ਆਈਕਨ 'ਤੇ ਕਲਿੱਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਆਪਾਂ ਗੱਡੀ ਦਾ ਸ਼ੀਸ਼ਾ ਰਿਪਲੇਸ ਕਰਨਾ ਜੀ। ਆ ਦੇਖ ਸਕਦੇ ਆਪਾਂ ਨੇ ਰਬੜ ਰਿਮੂਵ ਕਰ ਦਿੱਤੀ ਅਤੇ ਡੈਸ਼ਬੋਰਡ ਦਾ ਜਿਹੜਾ ਫਰੰਟ ਸੀਗਾ ਫਾਈਨਲ ਆਊਟਸਾਈਡ ਦਾ ਉਹ ਵੀ ਰਿਮੂਵ ਕਰ ਲਿਆ ਜੀ ਪ੍ਰੋਪਰ। ਰਿਮੂਵ ਕਰਨ ਤੋਂ ਬਾਅਦ ਆਪਾਂ ਨੇ ਜੀ ਇਹਦੀ ਜਿਹੜੀ ਰਬੜ ਸੀਗੀ ਉਹਨੂੰ ਆਪਾਂ ਹੱਥ ਦੇ ਨਾਲ ਖਿੱਚਣਾ, ਇਸ ਤਰ੍ਹਾਂ ਖਿੱਚਣਾ ਕਿ ਸ਼ੀਸ਼ਾ ਆਪਣਾ ਕਰੈਕ ਨਾ ਹੋ ਜਾਵੇ। ਨੋਰਮਲ ਤਰੀਕੇ ਨਾਲ ਫੋਰਸ ਲਗਾਉਣੀ ਜੀ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਖਿੱਚ ਸਕਦੇ ਜੀ, ਨੋਰਮਲ ਸਲੋ ਸਲੋ ਪ੍ਰੋਸੈਸ ਦੇ ਵਿੱਚ ਖਿੱਚਣਾ, ਇੱਕੋ ਦਮ ਝਟਕੇ ਨਾਲ ਹੀ ਖਿੱਚਣਾ ਤਾਂ ਕਿ ਆਪਣਾ ਸ਼ੀਸ਼ਾ ਕਰੈਕ ਹੋ ਜਾਵੇ। ਨੁਕਸਾਨ ਨਹੀਂ ਹੋਣਾ ਚਾਹੀਦਾ, ਇਹ ਸ਼ੀਸ਼ਾ ਆਲਰੇਡੀ ਡੈਮੇਜ ਹੋ ਚੁੱਕਿਆ, ਅਦਰਵਾਈਜ਼ ਸ਼ੀਸ਼ਾ ਕਰੈਕ ਹੋ ਗਿਆ ਤਾਂ ਤੁਹਾਡੇ ਹੱਥ ਵਿੱਚ ਵੀ ਲੱਗ ਸਕਦਾ। ਪਹਿਲਾਂ ਇਸ ਤਰ੍ਹਾਂ ਆਪਾਂ ਨੇ ਰਿਮੂਵ ਕਰ ਲੈਣਾ ਜੀ ਇਹਦੀ ਰਬੜ। ਰਬੜ ਰਿਮੂਵ ਕਰਨ ਤੋਂ ਬਾਅਦ ਇਸ ਤਰ੍ਹਾਂ ਆਪਾਂ ਰਬੜ ਰਿਮੂਵ ਕਰਨੀ ਜੀ, ਸ਼ੀਸ਼ਾ ਪ੍ਰੋਪਰ ਤਰੀਕੇ ਨਾਲ ਰਿਮੂਵ ਕਰਨਾ ਜੀ। ਇਸ ਤਰ੍ਹਾਂ ਜੀ ਆਪਾਂ ਨੇ ਸ਼ੀਸ਼ੇ ਦੀ ਰਬੜ ਜਿਹੜੀ ਸੀਗੀ, ਬਹੁਤ ਜ਼ੋਰ ਲੱਗ ਰਿਹਾ ਪਰ ਜ਼ੋਰ ਦੇ ਨਾਲ ਹੀ ਪੱਟਿਆ ਜਾਣਾ ਇਹ। ਆਹ ਦੇਖ ਸਕਦੇ ਆਪਾਂ ਨੇ ਸ਼ੀਸ਼ਾ ਕੱਢ ਕੇ ਬਾਹਰਲੀ ਸਾਈਡ ਰੱਖ ਦਿੱਤਾ ਜੀ। ਇਸ ਤਰ੍ਹਾਂ ਜੀ ਆਪਾਂ ਨੇ ਸ਼ੀਸ਼ਾ ਪੱਟ ਦਿੱਤਾ ਜੀ, ਸਾਰਾ ਪੱਟ ਕੇ ਵਾਇਰ ਯੂਜ਼ ਕੀਤੀ ਸ਼ੀਸ਼ਾ ਪੱਟਣ ਵਾਸਤੇ। ਵੀਡੀਓ ਮਿਸ ਹੋ ਗਈ, ਆਹ ਵਾਇਰ ਆਪਾਂ ਨੇ ਕਟਾਈ ਸ਼ੀਸ਼ਾ ਹੈ ਜਿਹੜੀ ਆਪਾਂ ਨੇ ਯੂਜ਼ ਕੀਤੀ। ਪ੍ਰਾਟੋ ਹੈ, ਪ੍ਰਾਟੋ ਬ੍ਰਾਂਡ ਹੈ ਜੀ, ਦੇਖ ਸਕਦੇ ਹੋ ਬ੍ਰਾਂਡ ਤੇ। ਇਸ ਤਰ੍ਹਾਂ ਜੀ ਆਪਾਂ ਨੇ ਸ਼ੀਸ਼ਾ ਰਿਪਲੇਸ ਕਰਨਾ ਜੀ, ਦਾ ਨਿਊ ਸ਼ੀਸ਼ਾ ਵੀ ਲਿਆਂਦਾ ਅਤੇ ਨਿਊ ਰਬੜ, ਨਿਊ ਕਿੱਟ, ਸਾਰੀ ਨਿਊ ਇੰਸਟਾਲ ਕਰਨਾ। ਆਹ ਦੇਖ ਸਕਦੇ ਆਪਾਂ ਨੇ ਉਰੇ ਤੋਂ ਖੋਲ੍ਹ ਲਿਆ ਜੀ, ਅੰਦਰ ਤੋਂ ਉਹ ਵੀ ਪੱਟਿਆ ਹੋਇਆ ਅਤੇ ਸ਼ੀਸ਼ੇ ਮਿਰਰ ਸਾਰੇ ਖੁੱਲ੍ਹ ਜੀ, ਅਤੇ ਇਹ ਲਿਆਂਦਾ ਆ। ਇਹ ਦੇਖ ਸਕਦੇ ਤੁਸੀਂ, ਅਸੀਂ ਸ਼ੀਸ਼ਾ ਨਵਾਂ ਨਿਊ ਲਿਆਂਦਾ ਹੀ ਆ, ਇਹਨੂੰ ਇੰਸਟਾਲ ਕਰਨਾ ਨਿਊ ਸ਼ੀਸ਼ੇ ਨੂੰ ਜੀ। ਹਾਂਜੀ, ਇੱਥੇ ਫਰੰਟ 'ਤੇ ਆਪਾਂ ਨੇ ਸਾਰਾ ਪੱਟ ਦਿੱਤਾ ਜੀ, ਉਹ ਕਰੈਸ਼ ਹੋ ਗਿਆ ਸੀਗਾ ਜੀ ਵਿੱਚ ਉਹਦੀ। ਥੈਂਕਸ ਵਾਚਿੰਗ ਫੋਰ ਮਾਈ ਵੀਡੀਓ, ਲਾਈਕ ਐਂਡ ਸ਼ੇਅਰ। ਜਿਹਨਾਂ ਦੋਸਤਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਨਿਊ ਅਪਡੇਟ ਮਿਲ ਸਕੇ, ਮੇਰੀ ਕੋਈ ਵੀਡੀਓ ਤੋਂ ਵਾਂਝਾ ਨਾ ਰਹਿ ਸਕੇ। ਥੈਂਕਸ ਵਾਚਿੰਗ।